ਮੂੰ ਬਈਨੋ ਆਡੀਓ ਦਰਅਸਲ ਟੈਲੀਫੋਨ ਤੇ ਹੋਣ ਵਾਲੀ ਗੁਫਤਗੂ ਤੇ ਮਬਨੀ ਹੈ ਜਿਸ ਵਿੱਚ ਬੁਸ਼ਰਾ ਬੀਬੀ ਨਿਗਰਾਨ ਬਣੀ ਗਾਲਾ ਇਨਾਮ ਖਾਨ ਤੂੰ ਮੁਖਾਤਬ ਨੇ ਤੇ شدید ਨਾਲਾ ਮਾਲੂਮ ਹੋ ਰੀਆਂ ਨੇ ਬੁਸ਼ਰਾ ਬੀਬੀ ਨੇ ਇਨਾਮ ਤੂੰ استفਸਾਰ ਕੀਤਾ ਕਿ ਜਿਹੜਾ ਤੋਸ਼ਾਖਾਨਾ ਤੂੰ ਚੀਜ਼ਾਂ ਆਈਆਂ ਸਨ ਤੁਸੀਂ ਅਸਵਰ ਨੂੰ ਕਿਹਾ ਸੀ ਕਿ ਇਹਨਾਂ ਦੀ ਤਸਵੀਰ ਖਿੱਚ ਕੇ ਭੇਜੋ ਤੇ ਇਸਨੇ ਇਨਾਮ ਨੇ ਇਨਕਾਰ ਕਰਦਿਆਂ ਹੋਇਆਂ ਜਵਾਬ ਦਿੱਤਾ ਕਿ ਨਹੀਂ ਮੈਂ ਇੰਜ ਨਹੀਂ ਕਿਹਾ ਤੇ ਬੁਸ਼ਰਾ ਬੀਬੀ ਨੇ ਕਿਹਾ ਕਿ ਜਿਹੜੀਆਂ ਚੀਜ਼ਾਂ ਕਰਦੇ ਅੰਦਰ ਆਂਦੀਆਂ ਨੇ ਉਹਨਾਂ ਦੀ ਤਸਵੀਰ ਨਹੀਂ ਬਣਾਉਂਦੇ ਅਲਬਤ ਜਿਹੜੀਆਂ ਬਾਹਰ ਜਾਂਦੀਆਂ ਨੇ ਉਹਨਾਂ ਦੀ ਤਸਵੀਰ ਖਿੱਚਣੀਆਂ ਚਾਹੀਦੀਆਂ ਨੇ ਬੁਸ਼ਰਾ ਬੀਬੀ ਨੇ ਇਸ ਆਡੀਓ ਵਿੱਚ ਕਿਹਾ ਕਿ ਨਾਮ ਨੇ ਕਿਹਾ ਹੈ ਕਿ ਉਸ ਨੂੰ ਤਸਵੀਰਾਂ ਭੇਜ ਦਿੱਤੀਆਂ ਨੇ ਮੁਲਕੀ ਸਿਆਸਤ ਵਿੱਚ ਅੱਜ 17 ਦਸੰਬਰ ਦਾ ਦਿਹਾੜਾ ਇੰਤਹਾਈ ਅਹਿਮੀਅਤ ਇਖਤਿਆਰ ਕਰ ਗਿਆ ਹੈ 560 ਤੋਂ ਜ਼ਾਇਦ ਕੌਮੀ ਤੇ ਸੂਬਾਈ ਅਸੈਂਬਲੀਆਂ ਦੇ ਅਰਕਾਨ ਦਾ ਮਸਤਕਬਲ ਦਾਉ ਤੇ ਲੱਗਿਆ ਹੋਇਆ ਹੈ ਜਿਨ੍ਹਾਂ ਦੇ ਸਿਆਸੀ ਮਸਤਕਬਲ ਦੇ ਫੈਸਲੇ ਦਾ ਐਲਾਨ ਚੇਅਰਮੈਨ ਤਰੀਕੇ ਇਨਸਾਫ ਅਜ ਲਿਬਰਟੀ ਚੌਕ ਵਿੱਚ ਮਨਕਦ ਹੋਣ ਵਾਲੇ इज्तम खान पंजाब के पी के दसम्बलिया तहलील करके अपनिया दोवं हुकूमत ख़त्म करने का ऐलान करते हैं या एक बार फिर यू टर्न लैके मजीद वेला लेंद्र ने मुल्क बैरूने मुल्क पाकिस्तानी आवाम दिया नज़र इमरान खान के ऐलान त लगिया हुई इमरान खान पाबाब से खैबर पखतूनखा इसमलियां तहलील करके कौमी असम्बली नशिश्तों भी एक बार फिर मुस्ताफी हो के पी डी एम दफाकी हकूमत आम इंतबात के कबल अज वक्त इंतबात से मजबूर करना चाहते हैं लेकिन पी टी आई त मुस्लिम लीग काफ के कई वुजरात अरकान फिल वक्त असम्बलियाँ तोड़न के हक के चिन्ह नहीं ने पंजाब चौधरी परवेज इलाई मोनस इलाई तो हुसैन इलाही की अज इमरान खान तो मुलाकात मुतवखे जराई के मुताबिक मुस्लिम लीग काफ दे रनुमान मोनसिलई की गुजशत राति भी इमरान खान तो मुलाकात हुई जिस दोवं के दरम्यान सियासी सूरतहाल से तबादला ख्याल किया गया तो इस दौरान मोहनस इलाई ने सारी सूरतहाल इमरान खान एतमाद दिश लिया जराई का कहना है कि अज वज़रियाला चौधरी परवेज इलाई मोहनसिलई तो हुसैन इलाई की इमरान खान तो मुलाकात मुतवक् है ਵਜ਼ੀਰ ਖਾਰਜਾ ਬਿਲਾਵਲ ਪੁੱਟੋ ਦੇ ਅਮਰੀਕਾ ਚ ਬਹਿ ਕੇ ਭਾਰਤੀ ਵਜ਼ੀਰ ਆਜ਼ਮ ਨਰਿੰਦਰ ਮੋਦੀ ਨੂੰ ਕਸਾਈ ਕਹਿਣ ਤੇ ਹੁਕਮਰਾਨ ਜਮਾਤ ਭਾਰਤੀਆ ਜਨਤਾ ਪਾਰਟੀ ਨੇ ਮੁਲਕ ਗੀਰ ਇਤਜਾਜ ਦਾ ਐਲਾਨ ਕਰ ਦਿੱਤਾ ਬਿਲਾਵਲ ਪੁੱਟੋ ਦੇ ਮੋਦੀ ਨੂੰ ਕਿਸਾਈ ਕਹਿਣ ਤੇ ਆਲਮੀ ਦੁਨੀਆ ਨੂੰ ਭਾਰਤ ਦੀ ਅਸਲ ਤਸਵੀਰ ਵਿਖਾਣ ਤੇ ਹਿੰਦੂ ਇੰਤਹਾ ਪਸੰਦ ਪੜਕ ਉਠੇ ਤੇ ਉਹਨਾਂ ਨੇ ਨਈ ਦਿੱਲੀ ਚ ਪਾਕਿਸਤਾਨੀ ਸਫਾਰਖਾਨੇ ਦੇ ਬਾਹਰ ਸ਼ਦੀਦ ਇਤਜਾਜ ਕੀਤਾ ਭਾਰਤੀ ਜਨਤਾ ਪਾਰਟੀ ਨੇ ਬਿਲਾਵਲ ਪੁੱਟੋ ਦੇ ਬਿਆਨ ਦੀ ਮਜ਼ਮਤ ਕਰਦੇ ਹੋਇਆਂ 17 ਦਸੰਬਰ ਨੂੰ ਮੁਲਕ ਗੀਰ ਇਤਜਾਜ ਦਾ ਐਲਾਨ ਕੀਤਾ ਹੈ ਵਾਜ਼ਿਰ ਰਵੇ ਕਿ ਬਿਲਾਵਲ ਪੁੱਟੋ ਨੇ ਅਕਵਾਮੇ ਮੁਤੈਦਾ ਦੀ ਸਲਾਮਤੀ ਕੌਂਸਲ ਵਿੱਚ ਭਾਰਤ ਨੂੰ ਕਰਾਰਾ ਜਵਾਬ ਦੇ ਦਿੰਦੇ ਹੋਇਆ ਕਾਸੀ ਕੇ ਉਸਾਮਾ ਬਿੰ ਲਾਦਨ ਮਰ ਚੁੱਕਿਆ ਹੈ ਮਗਰ ਗੁਜਰਾਤ ਦਾ ਕਿਸਾਈ ਜ਼ਿੰਦਾ ਹੈ ਤੇ ਹੁਣ ਭਾਰਤ ਦਾ ਵਜ਼ਰੀਆਜ਼ਮ ਬੜਿਆ ਹੋਇਆ ਹੈ ਮੋਦੀ ਆਰਐਸਐਸ ਦੇ ਵਜ਼ਰੀਆਜ਼ਮ ਨੇ ਜਿਸ ਦਾ ਤਸਵਰ ਹਿਟਲਰ ਦੀ ਨਾਜ਼ੀ ਜਮਾਤ ਤੋਂ ਲਿਆ ਗਿਆ ਸੀ ਅਮਰੀਕੀ ਸੈਨੇਟ ਨੇ ਰਿਕਾਰਡ 858 ਅਰਬ ਡਾਲਰ ਦੇ دفاعੀ ਬਜਟ ਦੀ ਮਨਜ਼ੂਰੀ ਦੇਂਦਿਆਂ ਹੋਇਆ ਇਸ ਦੀ ਸਮਰੀ ਸਦਰ ਬਾਈਡਨ ਨੂੰ ਭੇਜਵਾ ਦਿੱਤੀ ਹੈ ਇਹ ਰਕਮ ਸਦਰ ਬਾਈਡਨ ਦੇ ਤਜਵੀਜ਼ کردہ دفاعੀ ਬਜਟ ਦੀ ਰਕਮ ਤੋਂ 45 ਅਰਬ ਡਾਲਰ ਜ਼ਿਆਦਾ ਹੈ ਇਸ ਵਿੱਚ ਫੌਜ ਲਈ ਲਾਜ਼ਮੀ ਕੋਵਿਡ ਵੈਕਸੀਨ ਦੇ ਮੰਡੇਟ ਨੂੰ ਵੀ ਮنسੂਖ ਕਰ ਦਿੱਤਾ ਗਿਆ ਹੈ ਜਮਾਤ ਨੂੰ ਪੇਸ਼ ਕੀਤੇ ਜਾਣ ਵਾਲੇ ਇਸ ਬਿਲ ਜਾਂ ਨੈਸ਼ਨਲ ਡਿਫੈਂਸ ਅਥਾਰਾਈਜ਼ੇਸ਼ਨ ਐਕਟ ਦੀ ਹਮਾਇਤ ਵਿੱਚ 83 ਤੇ مخالفت وچ یار ارکان نے ووٹ ਪਾਇਨੇ ਇਸ ਬਲੇ ਚ ਮਾਲੀ ਸਾਲ 2023 دے ਫੌਜੀ ਖਰਚات ਲਈ 858 ਅਰਬ ਡਾਲਰ دی ਮਨਜ਼ੂਰੀ ਦਿੱਤੀ ਗਈ ਹੈ ਜინაچ ਫੌਜੀਆਂ ਦੀ ਤਨਖਾਵਾ ਤੇ 4.6 ਫੀਸਾ ਦੇ ਇਜ਼ਾਫੇ ਤੇ ਹਥਿਆਰਾਂ ਬੈਰੀ ਜਹਾਜ਼ਾਂ ਤੇ ਜੰਗੀ ਤਿਆਰੀਆਂ ਦੀ ਖਰੀਦਾਰੀ ਲਈ ਵੀ ਰਕਮ ਰੱਖੀ ਗਈ ਹੈ ਤੇ ਚੀਨ ਤੇ ਰੂਸ ਦੇ ਖਤਰات ਦਾ ਸਾਹਮਣਾ ਕਰਦੇ ਤਾਈਵਾਨ ਤੇ ਯੂਕਰੇਨ ਦੀ ਮਾਲੀ ਮਦਦ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। اون ਤੱਕ ਕਿਤਨਾ ਹੀ ਮਜੀਦ ਖਬਰਾਂ ਤੇ ਅਪਡੇਟਸ ਲਈ ਸਾਡੇ ਨਾਲ ਰਹੋ। ਆ ਵੀ ਵਿਜ਼ਿਟ ਕਰੋ ਸਾਡੀ ਵੈਬਸਾਈਟ desitvusa.com